ਪੰਜਾਬ ਦੇ ਸਿੱਖਾਂ ਤੇ ਹਰਿਆਣਾ ਦੇ ਜੱਟਾਂ ਵਿੱਚ ਦਿਮਾਗ ਘੱਟ ਹੀ ਹੁੰਦਾ ਹੈ। ਇਹ ਗਿਆਨ ਤ੍ਰਿਪੁਰਾ ਤੋਂ ਬੀਜੇਪੀ ਦੇ ਮੁੱਖ ਮੰਤਰੀ ਬਿਪਲਵ ਦੇਵ ਸਾਹਿਬ ਨੇ ਦਿੱਤਾ ਹੈ। ਉਂਝ ਤਾਂ ਬਿਪਲਵ ਦੇਵ ਦੇ ਬੇਤੁਕੇ ਬਿਆਨਾਂ ਤੇ ਟਿੱਪਣੀਆਂ ਨਾਲ ਉਹਨਾਂ ਦਾ ਇਤਿਹਾਸ ਭਰਿਆ ਪਿਆ ਹੈ, ਪਰ ਫਿਲਹਾਲ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਤੇ ਹਰਿਆਣਾ ਦੇ ਜਾਟ ਭਾਈਚਾਰੇ ਬਾਰੇ ਕੀਤੀ ਉਸਦੀ ਇਸ ਟਿੱਪਣੀ ਨਾਲ ਪੰਜਾਬ ਸਮੇਤ ਹਰਿਆਣਾ ਵਿੱਚ ਬਵਾਲ ਉੱਠ ਖੜਾ ਹੋਇਆ ਹੈ। ਅਕਸਰ ਹੀ ਬੇਤੁਕੀਆਂ ਟਿੱਪਣੀਆਂ ਕਰਨ ਚ ਮਾਹਰ ਬਿਪਲਵ ਦੇਵ ਦੀ ਇਸ ਵਿਵਾਦਿਤ ਟਿੱਪਣੀ ਉੱਪਰ ਵੱਡੇ ਸਵਾਲ ਚੁੱਕਦਿਆਂ ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਹੈ ਕਿ ਜੱਟਾਂ ਅਤੇ ਜਾਟਾਂ ਬਾਰੇ ਗਲਤ ਟਿੱਪਣੀ ਲਈ ਬੀਜੇਪੀ ਤੋਂ ਉਸ ਦੇ ਖਿਲਾਫ਼ ਕਾਰਵਾਈ ਦੀ ਉਹਨਾਂ ਨੇ ਮੰਗ ਕੀਤੀ ਹੈ। ਸੁਰਜੇਵਾਲ ਨੇ ਕਿਹਾ ਕਿ ਬੀਜੇਪੀ ਦਾ ਤ੍ਰਿਪੁਰਾ ਤੋਂ ਮੁੱਖ ਮੰਤਰੀ ਬਿਪਲਵ ਦੇਵ ਜਨਤਕ ਮੰਚ ਤੋਂ ਖੁੱਲ੍ਹੇਆਮ ਪੰਜਾਬ ਦੇ ਸਿੱਖਾਂ ਅਤੇ ਹਰਿਆਣਾ ਦੇ ਜਾਟਾਂ ਦਾ ਨਾਮ ਲੈ ਉਹਨਾਂ ਬਾਰੇ ਗਲਤ ਟਿੱਪਣੀਆਂ ਕਰ ਰਿਹਾ ਹੈ। ਉਸਦਾ ਕਹਿਣਾ ਹੈ ਕਿ ਦੋਹਾਂ ਦੇ ਦਿਮਾਗ ਘੱਟ ਹਨ, ਪਰ ਅਸਲ ਵਿੱਚ ਬੀਜੇਪੀ ਦੀ ਮਾੜੀ ਮਾਨਸਿਕਤਾ ਦਾ ਹੀ ਇਹ ਨਤੀਜਾ ਹੈ। ਅੱਜ ਉਹਨਾਂ ਦੇ ਆਗੂਆਂ ਵੱਲੋਂ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ। ਇਸ ਵੇਲੇ ਸੀਐਮ ਖੱਟਰ ਅਤੇ ਦੁਸ਼ਯੰਤ ਚੌਟਾਲਾ ਚੁੱਪ ਕਿਉਂ ਹਨ? ਕਿੱਥੇ ਹਨ ਨਰਿੰਦਰ ਮੋਦੀ ਅਤੇ ਜੇਪੀ ਨੱਡਾ? ਕੀ ਉਹ ਮਾਫ਼ੀ ਮੰਗਣਗੇ ਤੇ ਐਕਸ਼ਨ ਲੈਣਗੇ? ਸੋ ਮਿੱਤਰਾਂ ਨੇ ਵੀ ਵੀਡੀਓ ਸਾਂਝੀ ਕਰ ਸਵਾਲ ਸਿੱਧਾ ਬੀਜੇਪੀ ਤੋਂ ਪੁੱਛਿਆ ਹੈ। ਬਿਪਲਵ ਦੇਵ ਜੋ ਕਹਿ ਰਿਹਾ ਹੈ ਕਿ ਇਹ ਬੀਜੇਪੀ ਦੀ ਆਫੀਸ਼ੀਅਲ ਲਾਈਨ ਹੈ। ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਸਬਕਾ ਸਾਥ ਸਬਕਾ ਵਿਕਾਸ ਦਾ ਨਾਰਾ ਲਾਉਂਦਾ ਹੈ, ਬਿਪਲਵ ਦੇਵ ਦੇ ਖਿਲਾਫ਼ ਕੋਈ ਐਕਸ਼ਨ ਲਵੇਗਾ? ਬਿਪਲਵ ਦੇਵ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਅਸਲ ਵਿੱਚ ਇਸ ਜਨਤਕ ਮੰਚ ਤੋਂ ਆਪਣੀ ਸਪੀਚ ਦੌਰਾਨ ਬਿਪਲਵ ਦੇਵ ਬੰਗਾਲੀਆਂ ਦੀ ਉਸਤਤ ਕਰ ਰਿਹਾ ਸੀ, ਪਰ ਇਸ ਦਰਮਿਆਨ ਉਹ ਪੰਜਾਬ ਦੇ ਸਿੱਖਾਂ ਅਤੇ ਹਰਿਆਣਾ ਦੇ ਜਾਟਾਂ ਦਾ ਨਿਰਾਦਰ ਕਰਨ ਤੱਕ ਚਲਾ ਗਿਆ ਕਿ ਪੰਜਾਬ ਦੇ ਸਿੱਖ ਅਤੇ ਹਰਿਆਣਾ ਦੇ ਜਾਟ ਬਣੇ ਤਾਂ ਮਜ਼ਬੂਤ ਕਦਕਾਠੀ ਦੇ ਹੁੰਦੇ ਹਨ, ਪਰ ਦੋਹਾਂ ਵਿੱਚ ਦਿਮਾਗ ਘੱਟ ਹੀ ਹੁੰਦਾ ਹੈ। ਪਰ ਬੰਗਾਲੀ ਆਪਣੀ ਦਿਮਾਗੀ ਮੁਹਾਰਤ ਲਈ ਜਾਣੇ ਜਾਂਦੇ ਹਨ। ਬਿਪਲਵ ਦੇਵ ਇਸ ਤੋਂ ਪਹਿਲਾਂ ਵੀ ਕਦੇ ਵਿਗਿਆਨ ਨੂੰ ਲੈ ਕੇ, ਕਦੇ ਪੁਰਾਤਨ ਇਤਿਹਾਸ ਨੂੰ ਲੈ ਕੇ ਆਪਣੀਆਂ ਊੜ ਜਰੂਰ ਟਿੱਪਣੀਆਂ ਲਈ ਕਈ ਵਾਰ ਨਿਸ਼ਾਨੇ ਤੇ ਆ ਚੁੱਕਾ ਹੈ। ਬੀਜੇਪੀ ਨੂੰ ਉਸਦੀ ਬੇਲਗਾਮ ਅਤੇ ਬੇਤਰਕ ਵਾਲੀ ਬੋਲਬਾਣੀ ਉੱਪਰ ਲੱਗਦਾ ਹੈ ਕੋਈ ਇਤਰਾਜ਼ ਨਹੀਂ, ਪਰ ਉਸਨੂੰ ਕਈ ਵਾਰ ਉਹ ਅਸਹਿਜ ਕਰ ਚੁੱਕਾ ਹੈ। ਪਰ ਬਾਵਜੂਦ ਇਸ ਦੇ ਸਵਾਲ ਉੱਠਦਾ ਹੈ ਕਿ ਇਸ ਤਰ੍ਹਾਂ ਦੇ ਆਗੂਆਂ ਨੂੰ ਕਿ ਬੀਜੇਪੀ ਦੀ ਅੰਦਰੂਨੀ ਸ਼ੈ ਹਾਸਲ ਹੈ ਕਿ ਉਹ ਵਾਰ ਵਾਰ ਜਨਤਕ ਮੰਚਾਂ ਤੋਂ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ, ਦੂਜੇ ਧਰਮਾਂ ਭਾਈਚਾਰੇ ਦੇ ਲੋਕਾਂ ਪ੍ਰਤੀ ਜੋ ਦਿਲ ਚਾਹੇ ਬੋਲ ਰਹੇ ਹਨ। ਕਿ ਇਸ ਤਰ੍ਹਾਂ ਦੇ ਆਗੂਆਂ ਉੱਪਰ ਬੀਜੇਪੀ ਦਾ ਕੋਈ ਕੰਟਰੋਲ ਨਹੀਂ? ਜੇ ਉਹ ਮੁੜ ਗਲਤੀਆਂ ਦੁਹਰਾ ਰਹੇ ਹਨ ਤਾਂ ਕੀ ਉਹਨਾਂ ਨੂੰ ਬੀਜੇਪੀ ਦੀ ਪੂਰੀ ਸ਼ੈ ਹਾਸਲ ਹੈ? ਪਰ ਫਿਲਹਾਲ ਬਿਪਲਵ ਦੇਵ ਦੀ ਇਸ ਟਿੱਪਣੀ ਨੇ ਬੀਜੇਪੀ ਨੂੰ ਵੀ ਵਸਾ ਦਿੱਤਾ ਹੈ। ਸਿੱਖ ਭਾਈਚਾਰੇ ਸਮੇਤ ਹਰਿਆਣਾ ਦਾ ਜਾਟ ਭਾਈਚਾਰਾ ਬੀਜੇਪੀ ਦੇ ਇਸ ਮੁੱਖ ਮੰਤਰੀ ਦੀ ਇਸ ਬੋਲਬਾਣੀ ਖਿਲਾਫ਼ ਗੁੱਸੇ ਵਿੱਚ ਹੈ। ਸੋਸ਼ਲ ਮੀਡੀਆ ਤੇ ਉਸਦੀ ਚੰਗੀ ਖਾਸੀ ਲੰਮਤ ਹੋ ਰਹੀ ਹੈ। ਬਿਪਲਵ ਦੇਵ ਜੋ ਕਿ ਤ੍ਰਿਪੁਰਾ ਦੇ ਮੁੱਖ ਮੰਤਰੀ ਆ, ਜਿਹੜੇ ਉਹਨਾਂ ਸਿੱਖਾਂ ਦੇ ਬਾਰੇ 'ਚ ਟਿੱਪਣੀ ਕੀਤੀ, ਉਹ ਬੜੀ ਇਤਰਾਜ਼ ਹੋ ਗਿਆ। ਇਹ ਕਹਿ ਦੇਣਾ ਕਿ ਸਿੱਖ ਬੜੇ ਦਲੇਰ ਨੇ, ਦਰਿਆ ਦਿਲ ਵੀ ਨੇ, ਪਰ ਉਹਨਾਂ ਦੇ ਕੋਲ ਘੱਟ ਦਿਮਾਗ ਆ, ਇਹ ਬੜੇ ਹੀ ਨਿੰਦਕ ਯੋਗ ਸ਼ਬਦ ਨੇ। ਬਿਪਲਵ ਦੇਵ ਦੇ ਖੁਦ ਨੂੰ ਮੈਨੂੰ ਲੱਗਦਾ ਨਾ ਇਤਿਹਾਸ ਦੀ ਜਾਣਕਾਰੀ ਆ, ਨਾ ਉਹਨਾਂ ਨੂੰ ਕਿਤਾਬਾਂ ਦੀ ਜਾਣਕਾਰੀ ਆ। ਇਹੀ ਕਾਰਨ ਆ, ਅਗਰ ਦਿਮਾਗ ਦੀ ਕਮੀ ਕਿਸੇ ਕੋਲ ਆ ਤਾਂ ਬਿਪਲਵ ਦੇਵ ਕੋਲ ਆ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਗੁਰਤੇਜ ਸਿੰਘ ਵਰਗੇ ਸਿੱਖ ਵੀ ਨੇ, ਜਿਨ੍ਹਾਂ ਦੇ ਨਾਮ ਤੇ ਥੋਮਸ ਐਡੀਸਨ ਤੋਂ ਵੀ ਜ਼ਿਆਦਾ ਪੇਟੈਂਟ ਨੇ। ਮੈਂ ਫੇਰ ਕਲੈਰੀਫਾਈ ਕਰਦਾ, ਥੋਮਸ ਐਡੀਸਨ ਤੋਂ ਵੀ ਜ਼ਿਆਦਾ ਪੇਟੈਂਟ ਅਗਰ ਕਿਸੇ ਨਾਮ ਨੇ ਤਾਂ ਉਹ ਸਿੱਖ ਗੁਰਤੇਜ ਸਿੰਘ ਦੇ ਨਾਮ ਤੇ ਆ। ਅੱਜ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਕੁਰਸੀ ਛੱਡਣੀ ਚਾਹੀਦੀ ਆ, ਉਹਨਾਂ ਕੋਲ ਦਿਮਾਗ ਦੀ ਕਮੀ ਆ, ਉਹਨਾਂ ਨੂੰ ਪੜ੍ਹ ਲਿਖ ਕੇ ਤੇ ਦੁਬਾਰਾ ਆ ਕੇ ਇੱਥੇ ਬੈਠਣਾ ਚਾਹੀਦਾ ਹੈ, ਤਾਂ ਕਿ ਉਹਨਾਂ ਨੂੰ ਇਤਿਹਾਸ ਦਾ ਫੈਕਟਸ ਦੀ ਪੂਰੀ ਜਾਣਕਾਰੀ ਹੋਵੇ। ਮੈਂ ਬਿਪਲਵ ਦੇਵ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਆਪਣੇ ਇਤਰਾਜ਼ਯੋਗ ਅਲਫਾਜ਼ਾਂ ਵਾਸਤੇ ਇਹਨਾਂ ਨੂੰ ਵਾਪਸ ਲਓ, ਔਰ ਇਹਦੇ ਵਾਸਤੇ ਮਾਫ਼ੀ ਵੀ ਮੰਗੋ, ਔਰ ਆਪਣੀ ਗਿਆਨ ਦੇ ਅੰਦਰ ਵਾਧਾ ਕਰੋ ਇਹ ਜਾਣ ਕੇ ਕਿ ਸਿੱਖਾਂ ਦੇ ਕੋਲ ਕੀ ਹੈਗਾ, ਔਰ ਤੁਸੀਂ ਹਰਿਆਣਾ ਦੇ ਜਾਟਾਂ ਦੇ ਬਾਰੇ 'ਚ ਕਦੀ ਕੁਛ ਬੋਲਦੇ ਜੇ, ਕਦੀ ਕਿਸੇ ਦੇ ਬੋਲੇ 'ਚ, ਇਹ ਬਹੁਤ ਹੀ ਨਿੰਦਣਯੋਗ ਆ। ਕਿਸੇ ਮੁੱਖ ਮੰਤਰੀ ਨੂੰ ਐਸਾ ਅਧਿਕਾਰ ਵੀ ਹੋਣਾ ਚਾਹੀਦਾ, ਔਰ ਐਸੀ ਸ਼ੋਭਾ ਵੀ ਨਹੀਂ ਦਿੰਦਾ। ਇਸ ਕਰਕੇ ਬਿਪਲਵ ਦੇਵ ਨੂੰ ਮਾਫ਼ੀ ਮੰਗਣੀ ਚਾਹੀਦੀ ਆ, ਔਰ ਆਪਣੇ ਅਲਫਾਜ਼ਾਂ ਨੂੰ ਦਰੁਸਤ ਵੀ ਕਰਨਾ ਚਾਹੀਦਾ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।